ਹਾਂਜੀ, ਜਿਹੜਾ ਆਪਣਾ ਫ੍ਰੀ ਲੋਡ ਬੋਰਡ ਆ ਫਸਟ ਮੰਥ, ਕਹਿੰਦੇ ਵੀ ਕੈਨੇਡਾ ਵੀ ਚੱਲਦਾ ਕਿ US ਵਾਸਤੇ ਆ, ਇਹ ਦੋਵਾਂ ਦੀ ਚੱਲਦਾ, ਠੀਕ ਆ ਜੀ। ਜਿਹੜਾ ਆਪਣਾ ਜਿਹੜਾ ਦੂਜੇ ਨੰਬਰ ਤੇ ਸਸਤੇ ਤੋਂ ਸਸਤਾ ਜਿਹੜਾ ਕੈਨੇਡਾ ਵੀ ਚੱਲੂਗਾ ਉਹ ਹੈਗਾ ਵਾ $125, ਘੱਟ ਤੋਂ ਘੱਟ ਤੁਸੀਂ $125 ਦਓਗੇ ਤੇ ਤਾਂ ਵੈਸੇ $50 $40 ਤੋਂ ਹੈਗਾ ਸ਼ੁਰੂ, $40 ਫੋਨ ਉੱਤੇ ਨਹੀਂ ਸਰਚ ਹੋਊਗਾ, ਲੋਡ ਸਾਰੇ ਸੇਮ ਹੀ ਆਉਣੇ ਉਹਨਾਂ ਦੇ, $40 ਜਿਹੜਾ ਵਾ ਉਹ ਫੋਨ ਤੇ ਸਰਚ ਨਹੀਂ ਹੋਊਗਾ, $75 ਵਾਲੇ ਦੇ ਉੱਤੇ ਕੈਨੇਡਾ ਨਹੀਂ ਆਊਗਾ ਤੇ $125 ਦੇ ਵਿੱਚ ਕੈਨੇਡਾ ਵਾਲੇ ਲੋਡ ਸਰਚ ਹੋਣਗੇ, ਠੀਕ ਆ ਜੀ। ਇੱਥੇ ਤੱਕ ਤੁਸੀਂ ਇੱਕੋ ਹੀ ਲੋਡ ਲੱਭ ਸਕਦੇ ਆ, ਇੱਕ ਵਾਰੀ ਚੋਂ ਭਾਵੇਂ ਦਿਹਾੜੀ ਜਿੰਨੇ ਮਰਜ਼ੀ ਲੱਭੀ ਚੱਲੋ ਕੋਈ ਚੱਕਰ ਨੀ, ਪਰ ਇੱਕ ਵਾਰੀ ਚ ਇੱਕੋ ਹੀ ਲੱਭ ਸਕਦੇ। ਜੇ ਤੁਸੀਂ ਹੁਣ ਇਕੱਠੇ ਹੀ ਲੱਭਣੇ ਵੀ ਲੋਡ ਲਾ ਲਏ ਵੀ ਹੌਲੀ ਹੌਲੀ ਕਾਲਾਂ ਕਰੀ ਜਾਓ ਜਿਵੇਂ ਲੋਡ ਆਉਂਦੇ ਵੀ ਜ਼ਿਆਦਾ ਟਰੱਕਾਂ ਵਾਸਤੇ ਲੋਡ ਲੱਭਣੇ, ਫਿਰ ਤੁਹਾਨੂੰ ਘੱਟ ਤੋਂ ਘੱਟ ਦੇਣੇ ਪੈਣਗੇ $170, ਠੀਕ ਆ ਜੀ। ਇਹਦੇ ਫੰਕਸ਼ਨ ਆ ਸਾਰਿਆਂ ਦੇ, ਜਦੋਂ ਤੁਸੀਂ ਮੈਨੂੰ ਲਿੰਕ ਮੰਗਾਓਗੇ ਮੈਂ ਲਿੰਕ ਤੁਹਾਨੂੰ ਭੇਜੂਗਾ ਤੇ ਜਾ ਕੇ ਦੇਖੋਗੇ ਵੀ ਕੀ ਕੀ ਫੰਕਸ਼ਨ ਆ ਹਰੇਕ ਲੋਡ ਬੋਰਡ ਦੇ, ਤੁਸੀਂ ਉਸ ਹਿਸਾਬ ਨਾਲ ਕਰ ਸਕਦੇ ਆ। ਫਸਟ ਮੰਥ ਫ੍ਰੀ ਆ, ਕੈਂਸਲ ਕਰਨਾ ਸੌਖਾ ਆ, ਕੋਈ ਚੱਕਰ ਨੀ ਆ, ਬਸ ਕਲਿੱਕ ਹੀ ਕਰਨਾ ਕੈਂਸਲ ਤੇ ਕੈਂਸਲ ਆ। ਥੈਂਕ ਯੂ ਜੀ। ਤੇ ਆਹ ਨੰਬਰ ਜੇ ਆਹ ਨੰਬਰ ਤੇ ਵਟਸਐਪ ਕਰ ਦੋ ਵੀ ਲੋਡ ਬੋਰਡ ਚਾਹੀਦਾ ਫਸਟ ਮੰਥ ਫ੍ਰੀ, ਮੈਂ ਲਿੰਕ ਭੇਜੂਗਾ ਉਹਦੇ ਰਾਹੀਂ ਤੁਸੀਂ ਸਾਈਨ ਅਪ ਕਰ ਦੇਣਾ ਫਸਟ ਮੰਥ ਫ੍ਰੀ। ਕਈ ਲੋਕੀ ਕੰਪਲੇਂਟ ਕਰਦੇ ਫੰਕਸ਼ਨ ਨੀ ਚੱਲਦਾ ਲੋਡ ਬੋਰਡ ਦਾ, ਕਿਸੇ ਨਾ ਕਿਸੇ ਦਾ ਐਵੇਂ ਦਾ ਬ੍ਰੋਕਰ ਦਾ ਫੋਨ ਨੰਬਰ ਨੀ ਆਉਂਦਾ ਜਾਂ ਇੱਥੇ ਲੋਡ 5 ਆਉਂਦੇ ਆ, ਉਹ ਤਾਂ ਆਉਂਦੇ ਜੇ ਤੁਸੀਂ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਨਹੀਂ ਪਾਈ। ਜੇ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਪਾਓਗੇ ਫੁੱਲ ਚੱਲੂਗਾ ਸਭ ਕੁਛ, ਸਾਰੇ ਫੰਕਸ਼ਨ ਚੱਲਣਗੇ, ਫ੍ਰੀ ਚੱਲਣਗੇ ਫਸਟ ਮੰਥ, ਕੋਈ ਐਗਰੀਮੈਂਟ ਨਹੀਂ ਕੋਈ ਕੁਝ ਨਹੀਂ। 30 ਦਿਨ ਪੂਰੇ ਹੋਣ ਤੋਂ ਪਹਿਲਾਂ ਉਹਨੂੰ ਕੈਂਸਲ ਕਰ ਦਿਓ ਜੇ ਤੁਹਾਨੂੰ ਨਹੀਂ ਚਾਹੀਦਾ। ਪਰ ਮੈਨੂੰ ਲੱਗਦਾ ਵੀ ਆਪਾਂ ਬਿਜਨਸ ਇੰਨਾ ਚਲਾ ਰਹੇ ਹਾਂ $100 ਤੇ ਅਫੋਰਡ ਕਰ ਹੀ ਸਕਦੇ ਹਾਂ ਆਪਣੇ ਬਿਜਨਸ ਨੂੰ ਵਧੀਆ ਹੋਰ ਚਲਾਉਣ ਵਾਸਤੇ, ਇਹਦੀ ਕੋਈ ਗੱਲ ਨਹੀਂ। ਥੈਂਕ ਯੂ ਜੀ।